ਉਸ ਵੇਲੇ ਅਗਲੀ ਸੀਟ ਤੇ ਕੌਣ ਬੈਠਾ ਹੁੰਦਾ? ਜਿਹਦੀ ਜਗ੍ਹਾ ਡਿੱਗੀ ਤੇ ਉਹਨੂੰ ਅੱਗੇ ਕਾਹਤੇ ਬਿਠਾਈਏ? ਇੰਡੀਕਾ ਚ ਕਿੰਨੇ ਜਾਣੇ ਵੜ ਗਏ? ਇੰਡੀਕਾ ਚ ਕਿਉਂਕਿ ਉਹ ਇੰਡੀਕਾ ਚ ਬੈਠੇ ਹੀ ਕਹਿੰਦਾ ਡਿੱਗੀ ਚ ਪਾ ਕੇ ਲੈ ਜਾਂਦੇ ਆ। ਨਹੀਂ ਨਹੀਂ ਉਹਨਾਂ ਕੋਲ ਸੀ, ਉਹਦਾ ਟਿੱਪਣੀ ਵੀ ਨਹੀਂ ਆਉਂਦੀ। ਪੀਵੀ ਮੀਡੀਆ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸੀ। ਦੋਸਤੋ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਪਿਛਲੇ ਸਾਲ ਐਂਗਟ ਅਤੇ ਸਿੰਘੇ ਵਿੱਚ ਸੋਸ਼ਲ ਮੀਡੀਆ ਤੇ ਤੂੰ ਤੂੰ ਮੈਂ ਹੋ ਗਈ ਸੀ, ਜਿਸਦਾ ਕਾਰਨ ਸੀ ਕਿ ਐਲੀ ਮਾਂਗਣ ਨੇ ਗੈਂਗਲੈਂਡ ਗਾਣੇ ਨੂੰ ਰਿਪਲਾਈ ਕਰਦੇ ਹੋਏ ਰੀਅਲ ਗੈਂਗਲੈਂਡ ਨਾਮਕ ਗਾਣੇ ਨੂੰ ਰਿਲੀਜ਼ ਕਰ ਦਿੱਤਾ ਸੀ ਅਤੇ ਹੁਣ ਫਿਰ ਇੰਟਰਨੈਟ ਤੇ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਐਲੀ ਮਾਂਗਣ ਅਤੇ ਸਿੰਘਾ ਆਪਣੇ ਸਾਹਮਣੇ ਬੈਠੇ ਦਿਖਾਈ ਦੇ ਰਹੇ ਹਨ। ਦੇਖੋ ਜੀ ਸਭ ਠੀਕ ਠਾਕ ਹੈ? ਹਾਂ ਜੀ ਸਭ ਠੀਕ ਹੈ ਜੀ। ਉਹ ਥੋੜਾ ਜਿਹਾ ਅਸਲੇ ਦਾ ਕੰਮ ਸੀਗਾ ਜੀ, ਉਹ ਕਰਦੇ ਦੇਖਿਓ ਤਾਂ ਅਸਲੀ ਠੀਕ ਹੈ ਜੀ। ਬਹੁਤ ਬਹੁਤ ਵਧਾਈਆਂ ਜੀ। ਹਾਂਜੀ ਮੈਂ ਤੁਹਾਡੀਆਂ ਕੁਝ ਅਚੀਵਮੈਂਟਸ ਬਾਰੇ ਪੜ੍ਹ ਰਿਹਾ ਸੀ ਮਿਸਟਰ ਸਿੰਘਾ। ਪਲਾਸ ਨਾਲ ਦੰਦ ਕੱਢ ਲੈਂਦੇ ਹੋ ਤੁਸੀਂ? ਹਾਂਜੀ ਹੈ ਨਾ, ਇਹ ਗਾਣੇ ਦੀਆਂ ਲਾਈਨਾਂ ਤੁਹਾਡੀਆਂ। ਹਾਂਜੀ ਸੋ ਡਿੱਕੀ 'ਚ ਬੰਦਾ ਪਾ ਕੇ ਲੈ ਜਾਂਦੇ ਹੋ ਤੇ ਜਦੋਂ ਤੁਸੀਂ ਬੰਦਾ ਡਿੱਕੀ 'ਚ ਪਾ ਕੇ ਲੈ ਕੇ ਜਾਂਦੇ ਹੋ ਉਹਨੂੰ ਵਿਚਾਰੇ ਨੂੰ ਅੱਗੇ ਬਿਠਾ ਕੇ ਲੈ ਜਾਇਆ ਕਰੋ, ਉਸ ਵੇਲੇ ਅਗਲੀ ਸੀਟ ਤੇ ਕੌਣ ਬੈਠਾ ਹੁੰਦਾ? ਜਿਹਦੀ ਜਗ੍ਹਾ ਡਿੱਗੀ ਤੇ ਉਹਨੂੰ ਅੱਗੇ ਕਾਹਤੇ ਬਿਠਾਈਏ? ਇੰਡੀਕਾ 'ਚ ਕਿੰਨੇ ਜਾਣੇ ਵੜ ਗਏ? ਇੰਡੀਕਾ 'ਚ ਕਿਉਂਕਿ ਉਹ ਇੰਡੀਕਾ 'ਚ ਬੈਠੇ ਹੀ ਕਹਿੰਦਾ ਡਿੱਗੀ 'ਚ ਪਾ ਕੇ ਲੈ ਜਾਂਦੇ ਆ। ਨਹੀਂ ਨਹੀਂ ਉਹਨਾਂ ਕੋਲ ਸੀ, ਉਹਦਾ ਟਿੱਪਣੀ ਵੀ ਨਹੀਂ ਆਉਂਦੀ, ਛੋਟਾ ਹਾਥੀ ਸੀ ਉਹਨਾਂ ਕੋਲ ਮੇਰੇ। ਫੇਰ ਭਾਵਾਂ ਪਿੰਡ ਲੈ ਜਾਓ ਜੀ। ਭਾਜੀ ਤੁਸੀਂ ਕੋਈ ਗਾਣਾ ਗਾ ਦਿੰਦੇ ਅੱਛਾ ਲੱਗਦਾ ਮੈਨੂੰ। ਉਹ ਕੰਮ ਨਹੀਂ ਹੁੰਦੇ ਇਹਨੇ ਥਾਣੇਦਾਰ ਨੂੰ ਜਿੰਨੇ ਰਹਿੰਦੇ ਯਾਰ ਜਿਵੇਂ ਵੀ ਬਾਤ ਤੇਰੇ ਯਾਰ ਨੂੰ। ਨਾਈਸ ਆਹੀ ਚਾਹੀਦਾ ਮੈਨੂੰ। ਥੈਂਕ ਯੂ ਸੋ ਮਚ ਦਾਨ ਜੀ, ਥੈਂਕ ਯੂ ਸੋ ਮਚ। ਬਾਕੀ ਤੁਸੀਂ ਆਏ ਸ਼ੋਅ ਦੇ ਵਿੱਚ ਬੜਾ ਵਧੀਆ ਲੱਗਾ। ਦੋਸਤੋ ਤੁਸੀਂ ਐਲੀਏ ਤੇ ਸਿੰਘੇ ਵਿੱਚੋਂ ਕਿਸ ਨੂੰ ਸਪੋਰਟ ਕਰਦੇ ਹੋ? ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਧੰਨਵਾਦ।